ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨੂਰਮਹਿਲ ਵਿਖੇ ਸ਼ਿਵ ਵਿਹਾਰ ਇਨਕਲੇਵ ਕਲੋਨੀ ਵਾਸੀਆਂ ਅਤੇ ਪਿੰਡਾਂ ਦੇ ਸਰਪੰਚਾਂ ਵੱਲੋਂ 16ਵੀਂ ਮੀਟਿੰਗ ਕੀਤੀ ਗਈ, ਜਿਸ ਵਿੱਚ ਕਲੋਨੀ ਦੇ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਕਲੋਨੀ ਵਾਸੀਆਂ ਨੇ ਕਿਹਾ ਕਿ ਉਹਨਾਂ ਨੂੰ ਸੜਕਾਂ ਖਰਾਬ ਹੋਣ ਕਾਰਨ ਆਉਣ ਜਾਣ 'ਚ ਭਾਰੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਅਤੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਵੀ ਔਖਾ ਹੋ ਰਿਹਾ। ਜਦੋਂ ਵੀ ਵੋਟਾਂ ਹੁੰਦੀਆਂ ਹਨ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਵੋਟਾਂ ਤੋਂ ਬਾਅਦ ਕੋਈ ਵੀ ਨਹੀਂ ਪੁੱਛਦਾ। ਜਿਸ ਤੋਂ ਬਾਅਦ ਹੁਣ ਕਲੋਨੀ ਵਾਸੀਆਂ ਨੇ ਪਿੰਡ ਬਾਟ ਤੇ ਪਿੰਡ ਚੂਹੇ ਕੀ ਦੇ ਸਰਪੰਚ ਨਾਲ ਮੀਟਿੰਗ ਕੀਤੀ ਗਈ ਹੈ, ਜਿਸ 'ਚ ਉਹਨਾਂ ਨੇ ਕਲੋਨੀ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਸ਼ਿਵ ਵਿਹਾਰ ਇਨਕਲੇਵ ਕਲੋਨੀ ਨੂੰ ਕੁਝ ਹੀ ਦਿਨਾਂ 'ਚ ਮਤਾ ਪਾਸ ਕਰਕੇ ਸ਼ਹਿਰ ਵਿੱਚ ਮਿਲਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਸ ਦਾ ਸਾਰਾ ਵਿਕਾਸ ਸ਼ਹਿਰ ਵੱਲੋਂ ਹੀ ਕੀਤਾ ਜਾਵੇਗਾ। ਵਿਹਾਰ ਇਨਕਲੇਵ ਕਲੋਨੀ ਦੀ 16ਵੀਂ ਮੀਟਿੰਗ ਹੋਈ ਆ, ਜਿਹਦੇ ਵਿੱਚ ਅਸੀਂ ਸਾਰੇ ਕਲੋਨੀ ਮੈਂਬਰ ਇਕੱਠੇ ਹੋਏ ਹਾਂ। ਇਹਦੇ ਵਿੱਚ ਅਸੀਂ ਆਪਣਾ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹ ਸਰਪੰਚ ਸਾਹਿਬ ਪਿੰਡ ਬਾਠਾਂ ਵਾਲੇ ਅਤੇ ਚੂਹੇ ਸਾਹਿਬ ਨੂੰ ਦੱਸਿਆ ਸੀਗਾ, ਚੂਹੇ ਦੇ ਸਰਪੰਚ ਸਾਹਿਬ ਨੂੰ। ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਜਿਹੜੀ ਇਹ ਸ਼ਿਵ ਵਿਹਾਰ ਕਲੋਨੀ ਇਨਕਲੇਵ ਹੈ ਇਹ ਕੁਝ ਦਿਨਾਂ ਦੇ ਵਿੱਚ ਇਹਦਾ ਮਤਾ ਪਾ ਕੇ ਸ਼ਹਿਰ ਦੇ ਵਿੱਚ ਇਹਨੂੰ ਰਲਾ ਦੇਵਾਂਗੇ ਅਤੇ ਡਿਵੈਲਪਮੈਂਟ ਸਾਡਾ ਫਿਰ ਸ਼ਹਿਰ ਕਰੇਗਾ। ਇਸ ਲਈ ਅਸੀਂ ਸਰਪੰਚ ਸਾਹਿਬ ਪਿੰਡ ਚੂਹੇ ਕੀ ਵਾਲਿਆਂ ਦਾ ਅਤੇ ਪਿੰਡ ਬਾਠਾਂ ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਜੋ ਕਿ ਇਹਦੇ ਵਿੱਚ ਸੜਕਾਂ ਬਹੁਤ ਗੰਦੀਆਂ ਅਤੇ ਟੁੱਟੀਆਂ ਫੁੱਟੀਆਂ ਹਨ, ਪਾਣੀ ਦਾ ਕੋਈ ਨਿਕਾਸ ਹੈ ਨਹੀਂ ਅਤੇ ਸੜਕਾਂ ਦੇ ਵਿੱਚ ਗਾਰਾ ਪਿਆ ਹੋਇਆ ਅਤੇ ਉਹਦੇ ਨਾਲ ਸਾਡਾ ਲੰਘਣਾ ਵੀ ਮੁਸ਼ਕਲ ਹੋਇਆ ਪਿਆ। ਪਹਿਲੀਆਂ ਸਰਕਾਰਾਂ ਨੇ ਵੀ ਕੁਛ ਨਹੀਂ ਕੀਤਾ ਅਤੇ ਹੁਣ ਵੀ ਸਰਕਾਰਾਂ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਇਹਨਾਂ ਦੇ ਜਿਹੜੇ ਵੀ ਰਾਜਨੀਤਿਕ ਨੁਮਾਇੰਦੇ ਆਉਂਦੇ ਆ ਵੋਟਾਂ ਵੇਲੇ ਸਾਡੇ ਤੋਂ ਸਭ ਕੁਛ ਕਹਿ ਕੇ ਜਾਂਦੇ ਆ, ਤੁਹਾਡਾ 10 ਲੱਖ 20 ਲੱਖ ਮਨਜ਼ੂਰ ਹੋ ਗਿਆ ਜੀ, ਤੁਹਾਡਾ ਐਤਕੀ ਹੋ ਜੂਗਾ, ਪਰ ਅਸੀਂ 15 ਸਾਲ ਤੋਂ ਸੰਤਾਪ ਭੋਗ ਰਹੇ ਹਾਂ। ਨਾ ਸਾਡਾ ਅਕਾਲੀ ਸਰਕਾਰ ਨੇ ਕੁਛ ਸੋਚਿਆ ਅਤੇ ਨਾ ਕਾਂਗਰਸ ਸਰਕਾਰ ਨੇ ਕੁਛ ਸੋਚਿਆ ਇਸ ਬਾਰੇ। ਅਸੀਂ ਹੁਣ ਪਿੰਡ ਬਾਠ ਅਤੇ ਪਿੰਡ ਚੂਹੇਗੀ ਦੇ ਸਰਪੰਚ ਸਾਹਿਬਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਕਾਰਵਾਈ ਪਾ ਕੇ ਸਾਨੂੰ ਨੂਰਮਹਿਲ ਦੇ ਵਿੱਚ ਰਲਾਉਣ ਦੀ ਆਗਿਆ ਦਿਓ, ਅਤੇ ਨੂਰਮਹਿਲ ਦੇ ਪ੍ਰਧਾਨ ਨਾਲ ਵੀ ਗੱਲਬਾਤ ਹੋ ਗਈ ਆ। ਉਹ ਕਹਿੰਦੇ ਵੀ ਸਾਡੇ ਇਹਦੇ ਵਿੱਚ ਕਰੋ, ਨੂਰਮਹਿਲ ਦੇ ਵਿੱਚ ਮਿਲਾ ਲਓ ਅਤੇ ਅਸੀਂ ਇਹਦਾ ਪੂਰਾ ਦੇਖਭਾਲ ਕਰਾਂਗੇ ਅਤੇ ਸਾਰੀਆਂ ਸੜਕਾਂ ਵੀ ਲਾਈਟਾਂ ਵੀ ਲਵਾ ਕੇ ਦੇਵਾਂਗੇ। ਇਸ ਮੌਕੇ ਪਿੰਡ ਬਾੜ ਦੇ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਕਲੋਨੀ ਦੇ ਵਾਸੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਜਿਸ ਦੇ ਚੱਲਦਿਆਂ ਇਹ ਮੀਟਿੰਗ ਕੀਤੀ ਗਈ ਹੈ, ਜਿਸ 'ਚ ਉਹਨਾਂ ਵੱਲੋਂ ਕਲੋਨੀ ਵਾਸੀਆਂ ਦੀ ਮੰਗ ਨੂੰ ਲੈ ਕੇ ਇਸ ਕਲੋਨੀ ਨੂੰ ਸ਼ਹਿਰ 'ਚ ਮਿਲਾਉਣ ਸੰਬੰਧੀ ਮਤਾ ਪਾਸ ਕੀਤਾ ਜਾਵੇਗਾ। ਸਾਰੇ ਇਕੱਠੇ ਹੋਏ ਸੀ ਉਹ 'ਚ ਇਹਨਾਂ ਨੇ ਮੈਨੂੰ ਪਿੰਡ ਬਾੜ ਤੋਂ ਸਰਪੰਚ ਆ ਮੈਂ ਮੈਨੂੰ ਵੀ ਸੱਦਿਆ। ਇਹਦੇ 'ਚ ਅੱਜ ਇਹੀ ਆ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਆ, ਪਾਣੀ ਦੀ ਆ, ਨਾਲੀਆਂ ਦੀ, ਗਲੀਆਂ ਦੀ ਆ, ਪਾਣੀ ਨਹੀਂ ਕਿਸੇ ਪਾਸੇ ਨਿਕਾਸ ਹੁੰਦਾ। ਉਹਦੇ ਬਾਬਤ ਅੱਜ ਮੀਟਿੰਗ ਰੱਖੀ ਗਈ ਆ ਚੂਹੇ ਕੀ ਔਰ ਬਾਠਾ ਦੇ ਦੋਨਾਂ ਨਗਰਾਂ ਵੱਲੋਂ ਮੈਨੂੰ ਭੇਜਿਆ ਗਿਆ ਆ, ਅਤੇ ਚਲੋ ਇੱਥੇ ਸਾਰਾ ਕਰਾ ਕੇ ਅਸੀਂ ਇਸ ਮਸਲੇ 'ਤੇ ਪਹੁੰਚੇ ਆ ਵੀ ਜਿਹੜਾ ਆ ਦੋਨੇ ਪਿੰਡਾਂ ਦੇ ਪੰਚਾਇਤਾਂ ਵੱਲੋਂ ਇਹ ਲਿਖ ਕੇ ਦੇ ਦਿੱਤਾ ਜਾਊਗਾ ਵੀ ਜਿਹੜਾ ਸਾਡਾ ਇਹ ਬਾਠਾ ਦਾ ਤਾਂ ਚੂਹੇ ਕੀ ਦਾ ਰਕਬਾ ਜਿੰਨਾ ਪੈਂਦਾ ਆ ਅਸੀਂ ਇਹ ਸ਼ਹਿਰ ਦੇ ਵਿੱਚ ਰਲਾਉਣ ਲਈ ਇਹਨਾਂ ਨੂੰ ਆਪਣੇ ਵੱਲ ਮਤਾ ਪਾ ਕੇ ਦੇ ਸਕਦੇ ਆ। ਚਲੋ ਸਰਕਾਰਾਂ ਨੂੰ ਕਈ ਵਾਰੀ ਟਾਈਮ ਲੱਗਦਾ, ਪਰ ਅਸੀਂ ਤਾਂ ਪੰਚਾਇਤ ਮੈਂਬਰ ਹੁਣ 1 ਸਾਲ ਤੋਂ ਬਣੇ ਹਾਂ ਔਰ ਅਸੀਂ ਇਹ ਮਸਲਾ ਵੀ ਧਿਆਨ 'ਚ ਲਿਆਂਦਾ। ਅਸੀਂ ਤਾਂ ਇਹਦਾ ਇਹ ਆ ਵੀ 1 ਸਾਲ ਦੇ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਕੰਮ ਕਰਵਾਉਣਾ ਵੀ ਸੀਗਾ, ਚਲੋ ਹੁਣ ਸਾਨੂੰ ਇਹ ਕਿਹਾ ਗਿਆ ਵੀ ਸਾਨੂੰ ਜਿਹੜਾ ਤੁਸੀਂ ਸ਼ਹਿਰ ਦੇ ਵਿੱਚ ਪਾ ਦਿਓ ਉਹਦੇ ਲਈ ਅਸੀਂ ਲਿਖ ਕੇ ਦੇਣ ਲਈ ਤਿਆਰ ਆ ਵੀ ਇਹਨੂੰ ਜਿਹੜਾ ਆ ਜਿੰਨਾ ਏਰੀਆ ਰਕਬਾ ਸਾਡੇ ਪਿੰਡ ਦਾ ਜਾਂ ਚੂਹੇਕੀ ਦਾ ਆ ਬਾਠਾ ਦਾ ਇਹ ਸਾਰਾ ਸ਼ਹਿਰ 'ਚ ਪਾਇਆ ਜਾਵੇ, ਸਾਨੂੰ ਇਹਦੇ 'ਚ ਮਤਲਬ ਕੋਈ ਇਤਰਾਜ਼ ਨਹੀਂ ਹੈ। ਨੂਰਮਹਿਲ ਤੋਂ ਲਵਲੀ ਕੁਮਾਰ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ ਟੀਵੀ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।